ਕਿਸਾਨਾਂ ਵੱਲੋਂ 13 ਤਰੀਕ ਨੂੰ ਦਿੱਲੀ ਕੂਚ ਦੀ ਗੱਲ ਕੀਤੀ ਗਈ ਹੈ। ਉਸ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਵੱਲੋਂ ਵੀ ਤਿਆਰੀਆਂ ਕਰ ਲਈਆਂ ਗਈਆਂ ਨੇ। ਮੈਂ ਇਸ ਵੇਲੇ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਪਿਛਲੀ ਵਾਰੀ ਸਟੇਜ ਲਗਾਇਆ ਗਿਆ ਸੀ। ਆ ਉਹੀ ਜਗ੍ਹਾ ਹੈ ਜਿਸ ਜਗ੍ਹਾ ਤੇ ਸਟੇਜ ਲੱਗਾ ਹੋਇਆ ਸੀ ਤੇ ਜਿੱਥੋਂ ਕਿਸਾਨੀ ਘੋਲ ਦੀਆਂ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ। ਹੁਣ ਉੱਥੇ ਫਲਾਈਓਵਰ ਬਣ ਚੁੱਕਿਆ ਤੇ ਸਾਹਮਣੇ ਪਾਸੇ, ਕਿਉਂਕਿ ਮੈਂ ਬਿਲਕੁਲ ਸਿੰਘੂ ਬਾਰਡਰ ਤੇ ਮੌਜੂਦ ਹਾਂ, ਤੇ ਇਹੀ ਸੜਕ ਜਿਹੜੀ ਹੈ ਇਹ ਪੰਜਾਬ ਵੱਲੋਂ ਹਰਿਆਣੇ ਵੱਲ ਆਉਂਦੀ ਆਉਂਦੀ ਤੇ ਇੱਥੇ ਤਿਆਰੀਆਂ ਕੁਛ ਇਸ ਤਰੀਕੇ ਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਸੀਮੈਂਟਡ ਵੱਡੇ ਵੱਡੇ ਬੈਰੀਕੇਡਸ ਜਿਹੜੇ ਨੇ ਇਹ ਲਗਾਏ ਗਏ ਨੇ, ਇਸ ਜਗ੍ਹਾ ਤੇ ਲੈਂਦੇ ਗਏ ਨੇ ਕਿ ਜੇਕਰ ਜ਼ਰੂਰਤ ਪਏਗੀ ਤੇ ਇਹਨਾਂ ਨੂੰ ਸੜਕ 'ਚ ਰੱਖ ਕੇ ਬੰਦ ਕਰ ਦਿੱਤਾ ਜਾਏਗਾ। 3, 3, 6, 3, 9 ਤੇ 3, 12 ਇਹ 12 ਸੀਮੈਂਟਡ ਵੱਡੇ ਵੱਡੇ ਬੈਰੀਕੇਡਸ ਨੇ ਜਿਨ੍ਹਾਂ ਨੂੰ ਤੁਸੀਂ ਦੇਖ ਸਕਦੇ ਹੋ ਕਿੱਡੇ ਵੱਡੇ ਬੈਰੀਕੇਡ ਨੇ, ਸੀਮੈਂਟ ਦੇ ਬਣੇ ਹੋਏ, ਇਹ ਇੱਥੇ ਰੱਖੇ ਗਏ ਨੇ। ਤੇ ਨਾਲ ਇਸ ਤੋਂ ਇਲਾਵਾ ਤੁਹਾਨੂੰ ਤਸਵੀਰ ਦਿਖਾਈ ਹੈ ਸੀ ਕਿ ਇੱਥੇ ਜਿਹੜੇ ਪੁਲਿਸ ਦੇ ਬੈਰੀਕੇਡ ਹੁੰਦੇ ਨੇ ਲੋਹੇ ਦੇ, ਉਹ ਵੀ ਇੱਥੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਸੀਮੈਂਟ ਜਿਹੜੇ ਲੋਹੇ ਦੇ ਬੈਰੀਕੇਡ ਨੇ ਉਹ ਵੀ ਇੱਥੇ ਤਸਵੀਰਾਂ 'ਚ ਨਜ਼ਰ ਆ ਰਹੇ ਨੇ। ਦਿੱਲੀ ਪੁਲਿਸ ਵੱਲੋਂ ਇੱਥੇ ਤਿਆਰੀਆਂ ਕਿਸ ਤਰੀਕੇ ਨਾਲ ਮੁਕੰਮਲ ਕੀਤੀਆਂ ਜਾ ਰਹੀਆਂ ਨੇ, ਇਹ ਤਸਵੀਰ ਬਿਆਨ ਕਰ ਰਹੀ ਹੈ ਕਿ ਆਹ ਜਿਹੜੇ ਪਿੱਛੇ ਸੀਮੈਂਟਡ ਬੈਰੀਕੇਡ ਤੇ ਇੱਥੇ ਇਹ ਲੋਹੇ ਦੇ ਬੈਰੀਕੇਡ ਜਿਹੜੇ ਨੇ ਉਹ ਲਗਾਏ ਗਏ ਨੇ। ਕਿਸਾਨ ਅੰਦੋਲਨ ਦੀ ਜਿਹੜੀ ਆਹਟ ਹੋ ਰਹੀ ਹੈ ਕਿ ਕਿਸਾਨ ਅੰਦੋਲਨ ਦਾ ਪਾਰਟ 2 ਜਿਹੜਾ ਸ਼ੁਰੂ ਹੋਏਗਾ 13 ਤਾਰੀਖ ਤੋਂ, ਕਿਸਾਨਾਂ ਜਿਹੜਾ ਦਿੱਲੀ ਕੂਚ ਕਰਨ ਦੀ ਗੱਲ ਕੀਤੀ ਗਈ ਹੈ, ਉਸ ਤੋਂ ਪਹਿਲਾਂ ਦੀਆਂ ਇਹ ਤਿਆਰੀਆਂ ਨੇ ਕਿ ਕਿਸ ਤਰੀਕੇ ਨਾਲ ਸੀਮੈਂਟਡ ਤੇ ਆਹ ਜਿਹੜੇ ਲੋਹੇ ਦੇ ਬੈਰੀਕੇਡਸ ਇੱਥੇ ਲਿਆ ਕੇ ਰੱਖ ਦਿੱਤੇ ਗਏ ਨੇ। ਤੇ ਨਾਲ ਹੀ ਹੈਰਾਨੀ ਕਰਨ ਜਿਹੜੀ ਤਸਵੀਰ ਹੈ ਉਹ ਇਹ ਕਿ ਪਿੱਛੇ ਸਾਡੇ ਨਾਲ ਹੀ ਇੱਥੇ ਜਿਹੜੀਆਂ ਚੀਜ਼ਾਂ ਹੋਰ ਰੱਖੀਆਂ ਗਈਆਂ ਨੇ ਉਹ ਨੇ ਆਹ ਕੰਟੇਨਰ, ਆਹ ਵੱਡੇ ਵੱਡੇ ਕੰਟੇਨਰ ਇਸ ਤੋਂ ਪਹਿਲਾਂ ਵੀ ਦੇਖਣ ਨੂੰ ਮਿਲੇ ਸੀ ਕਿ ਕਿਸ ਤਰੀਕੇ ਦੇ ਨਾਲ ਕਿਸਾਨਾਂ ਨੇ ਇਹ ਕੰਟੇਨਰ ਖਿੱਚ ਮਾਰੇ ਸਨ। ਉਦੋਂ ਵੀ ਆਪਣੇ ਟਰੈਕਟਰਾਂ ਦੇ ਨਾਲ ਆਪਣੇ ਹੱਥਾਂ ਦੇ ਨਾਲ ਇਹਨਾਂ ਕੰਟੇਨਰਾਂ ਨੂੰ ਧਿੱਕ ਦਿੱਤਾ ਸੀ ਤੇ ਇਸ ਵਾਰੀ ਫਿਰ ਤੋਂ ਇਸ ਤਰੀਕੇ ਦੇ ਕੰਟੇਨਰਸ ਜਿਹੜੇ ਨੇ ਉਹ ਇੱਥੇ ਰੱਖੇ ਗਏ ਨੇ। ਸੀਮੈਂਟਡ ਬੈਰੀਕੇਡ, ਲੋਹੇ ਦੇ ਬੈਰੀਕੇਡ ਇਸ ਤਰੀਕੇ ਨਾਲ ਜਿਹੜੇ ਆਹ ਵੱਡੇ ਵੱਡੇ ਕੰਟੇਨਰਸ ਨੇ ਇਹਨਾਂ ਨੂੰ ਦਿੱਲੀ ਦੀ ਸਰਹੱਦ ਜਿਹੜੀ ਕਿ ਸਿੰਘੂ ਬਾਰਡਰ ਹੈ ਉਸ ਦੇ ਉੱਤੇ ਲਿਆਂਦਾ ਗਿਆ ਕਿ ਜੇਕਰ ਕਿਸਾਨ ਇੱਥੇ ਆਉਣ ਤੇ ਉਹਨਾਂ ਨੂੰ ਅੰਦਰ ਦਾਖਲ ਨਾ ਹੋਣ ਦਿੱਤਾ ਜਾਏ। ਉਸ ਤੋਂ ਪਹਿਲਾਂ ਹੀ ਇਹ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ ਤੇ ਜਿਸ ਨਾਲ ਉਹ ਅੰਦਰ ਨਾ ਆਉਣ। ਤੁਹਾਨੂੰ ਹੋਰ ਤਸਵੀਰ ਦਿਖਾਉਂਦੇ ਹਾਂ ਅੱਗੇ ਸਿੰਘੂ ਬਾਰਡਰ ਦੀ, ਸਿੰਘੂ ਬਾਰਡਰ ਦੇ ਅੱਗੇ ਦੇ ਕੀ ਹਾਲਾਤ ਨੇ। ਇਹ ਉਹ ਜਗ੍ਹਾ ਜਿੱਥੇ ਸਟੇਜ ਲੱਗੀ ਹੋਈ ਸੀ, ਜਿਹਦੇ ਸਟੇਜ ਲਗਾਈ ਗਈ ਸੀ ਤੇ ਇੱਥੋਂ ਸਾਰਾ ਜਿਹੜਾ ਸੰਚਾਲਨ ਹੈ ਉਸ ਪੂਰੇ ਕਿਸਾਨ ਅੰਦੋਲਨ ਦਾ ਕੀਤਾ ਗਿਆ। ਲੇਕਿਨ ਹੁਣ ਆਹ ਤਸਵੀਰ ਜਿਹੜੀ ਹੈ ਕਿ ਇਸ ਤਰੀਕੇ ਦੇ ਕੰਟੇਨਰ ਇੱਥੇ ਦਿਖਣ ਨੂੰ ਮਿਲੇ, ਸੀਮੈਂਟਡ ਜਿਹੜੇ ਬੈਰੀਕੇਡ ਨੇ, ਲੋਹੇ ਦੇ ਬੈਰੀਕੇਡਸ ਨੇ, ਤੇ ਤੁਹਾਨੂੰ ਅੱਗੇ ਤਸਵੀਰ ਦਿਖਾਉਂਦੇ ਹਾਂ ਕਿ ਸਿੰਘੂ ਬਾਰਡਰ ਦੀ ਹੁਣ ਤਾਜ਼ਾ ਤਸਵੀਰ ਇਸ ਵੇਲੇ ਦੀ ਕੀ ਹੈ। ਮੇਰੇ ਪਿੱਛੇ ਜਿਹੜੀ ਤੁਸੀਂ ਸੜਕ ਦੇਖ ਰਹੇ ਹੋ ਇਹ ਉਹ ਸੜਕ ਹੈ ਜੋ ਪੰਜਾਬ ਤੋਂ ਦਿੱਲੀ ਨੂੰ ਐਂਟਰ ਕਰੀਦਾ। ਸਾਹਮਣੇ ਲਿਸਟ ਲਿਖਿਆ ਹਰਿਆਣਾ ਮੈਂ ਆਪਕਾ ਸਵਾਗਤ ਹੈ। ਉੱਥੋਂ ਹੁਣ ਆਹ ਸਿੰਘੂ ਬਾਰਡਰ ਹੈ ਜਿੱਥੇ ਮੈਂ ਖੜਾ ਤੇ ਆਹ ਜਿਹੜੀ ਜਗ੍ਹਾ ਹੈ ਇਸ ਜਗ੍ਹਾ ਦੇ ਉੱਤੇ ਹੀ ਪਿਛਲੀ ਵਾਰ ਸਟੇਜ ਲੱਗਾ ਹੋਇਆ ਸੀ। ਮੈਂ ਬਿਲਕੁਲ ਉਸੇ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਸਟੇਜ ਲਾਇਆ ਗਿਆ ਸੀ। ਇੱਥੋਂ ਤੁਹਾਨੂੰ ਤਸਵੀਰ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਤਿਆਰੀਆਂ ਨੇ। ਆਹ ਤੁਸੀਂ ਸੀਮੈਂਟਡ ਬੈਰੀਕੇਡ ਦੇਖ ਰਹੇ ਹੋ ਕਿ ਆਹ ਸੀਮੈਂਟਡ ਬੈਰੀਕੇਡਸ ਇੱਥੇ ਲੈਂਦੇ ਗਏ ਨੇ ਤੇ ਇਹੋ ਜਿਹੀ ਤਸਵੀਰ ਤੁਹਾਨੂੰ ਉੱਪਰੋਂ ਅਸੀਂ ਥੱਲੇ ਵੀ ਦਿਖਾਈਏ ਕਿ ਕਿਸ ਤਰੀਕੇ ਦੇ ਨਾਲ ਥੱਲੇ ਵੀ ਜਿਹੜੀ ਰੋਡ ਜਾਂਦੀ ਹੈ ਉੱਥੇ ਵੀ ਤਿਆਰੀਆਂ ਨੇ। ਸੀਮੈਂਟਡ ਬੈਰੀਕੇਡ, ਇਸ ਤੋਂ ਇਲਾਵਾ ਲੋਹੇ ਦੇ ਜਿਹੜੇ ਬੈਰੀਕੇਡ ਨੇ ਦਿੱਲੀ ਪੁਲਿਸ ਦੇ ਉਹ ਲਗਾਏ ਗਏ ਨੇ ਤੇ ਨਾਲ ਹੀ ਜਿਹੜੀ ਆਹ ਤੁਸੀਂ ਦੇਖ ਰਹੇ ਹੋ ਰੱਖੇ ਹੋਏ ਨੇ ਜਿਹੜੇ ਕੰਟੇਨਰਸ ਨੇ ਇਹ ਕੰਟੇਨਰਸ ਇੱਥੇ ਲਿਆ ਕੇ ਰੱਖਦੇ ਆ। ਕੁਛ ਉਹੋ ਜਿਹੀਆਂ ਤਸਵੀਰਾਂ ਜੋ ਜਿਹੀਆਂ ਤਸਵੀਰਾਂ ਪਹਿਲਾਂ ਦੇਖਣ ਨੂੰ ਮਿਲੀਆਂ ਨੇ ਇਹ ਉਹੋ ਜਿਹੀ ਤਿਆਰੀ ਇੱਕ ਵਾਰੀ ਫਿਰ ਨਜ਼ਰ ਆਉਂਦੀ ਹੈ ਕਿ ਕਿਸਾਨ ਜੇਕਰ ਦਿੱਲੀ ਆਉਂਦੇ ਨੇ ਥੱਲੇ ਬਹੁਤ ਸਾਰੇ ਬੈਰੀਕੇਡ ਨੇ, ਥੱਲੇ ਸਾਰੇ ਕੰਟੇਨਰਸ ਰੱਖੇ ਗਏ ਨੇ ਤੇ ਇੱਥੇ ਵੀ ਆਹ ਬੈਰੀਕੇਡ ਹੁਣ ਇੱਥੇ ਮੌਜੂਦ ਨੇ। ਅੱਗੇ ਫਿਰ ਦੋ ਬੈਰੀਕੇਡਸ ਰੱਖੇ ਗਏ ਨੇ। ਇਹ ਨਜ਼ਰ ਆਉਂਦਾ ਹੈ ਕਿ ਬੈਰੀਕੇਡ ਤਾਜ਼ੇ ਹੀ ਖਿੱਚ ਕੇ ਲਿਆਂਦੇ ਗਏ ਨੇ ਕਿਉਂਕਿ ਇਹਨਾਂ ਦੀ ਨੁਕਰਾਂ ਟੁੱਟੀਆਂ ਹੋਈਆਂ ਨੇ ਤੇ ਤਾਜ਼ੇ ਹੀ ਬੈਰੀਕੇਡ ਇੱਥੇ ਰੱਖੇ ਗਏ ਨੇ ਤੇ ਤਿਆਰੀ ਕਿਸ ਕਦਰ ਇੱਥੇ ਕੀਤੀ ਜਾ ਰਹੀ ਹੈ ਉਹ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ ਫਲਾਈਓਵਰ ਦੇ ਉੱਪਰ ਦੀ।